ਆਸਟ੍ਰੇਲੀਆ ਲੋਕਤੰਤਰ ਦਾ ਉਹ ਥੰਮ ਹੈ ਜੋ ਆਮ ਲੋਕਾਂ ਦੀ ਆਵਾਜ਼ ਬਣ ਕੇ ਸਮਾਜ ਵਿੱਚ ਵਿਚਰਦਾ ਹੈ, ਪਰ ਕਈ ਵਾਰ ਲੋਕਾਂ ਦੀ ਇਸ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਨੇ। ਅਜਿਹਾ ਹੀ ਮਾਮਲਾ ਕੋਟਕਪੂਰਾ ਤੋਂ ਸਾਹਮਣੇ ਆਇਆ, ਜਿੱਥੇ ਦੋ ਨਿੱਜੀ ਚੈਨਲ ਜੋ ਕਿ ਜੁਰਮ ਦੀ ਸੱਚਾਈ ਬਿਆਨ ਕਰਦੇ ਸਨ ਤੇ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ। ਹਮਲੇ ਦੌਰਾਨ ਦੋਵੇਂ ਪੱਤਰਕਾਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਸਥਾਨਕ ਲੋਕਾਂ ਵੱਲੋਂ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਪੀੜਤ ਪੱਤਰਕਾਰਾਂ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ। ਪੀੜਤ ਪੱਤਰਕਾਰ ਨੇ ਆਪਣੇ ਨਾਲ ਹੋਏ ਇਸ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ, ਜਦੋਂ ਮੇਨ ਰੋਡ ਤੇ ਚੜ੍ਹਨ ਤੋਂ ਥੋੜੀ ਦੇਰ ਪਹਿਲਾਂ ਹੀ ਦੋ ਮੋਟਰਸਾਈਕਲਾਂ ਤੇ ਸਵਾਰ ਚਾਰ ਜਣੇ ਮੂੰਹ ਬੰਨੇ ਹੋਏ ਸੀ, ਜਿਨ੍ਹਾਂ ਦੇ ਨੰਬਰ ਪਲੇਟਾਂ ਲੱਥੀਆਂ ਹੋਈਆਂ ਸੀ। ਉਹਨਾਂ ਨੇ ਸਾਨੂੰ ਰੋਕ ਕੇ ਤੇ ਇੱਕੋ ਦਮ ਹੀ ਉਹਨਾਂ ਨੇ ਸਾਡੇ 'ਤੇ ਹਮਲਾ ਕਰਤਾ ਲਾਠੀਆਂ, ਤੇ ਉਹਨਾਂ ਕੋਲ ਉਹ ਸੀਗੇ ਹਾਕੀਆਂ ਸੀਗੀਆਂ, ਉਹਨਾਂ ਨੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਉਹਨਾਂ ਨੇ ਜ਼ਹਿਰ ਸ਼ੋਕ ਦੇ ਸਿਰ 'ਚ ਮਾਰੀ ਹਾਕੀ ਅਤੇ ਉਹਦਾ ਸਿਰ ਪਾੜਤਾ। ਮੇਰੇ ਉਹਨਾਂ ਨੇ ਜਦੋਂ ਮਾਰਨ ਦੀ ਕੋਸ਼ਿਸ਼ ਕੀਤੀ, ਮੈਂ ਅੱਗੇ ਹੱਥ ਕਰ ਲਿਆ, ਮੇਰੇ ਹੱਥਾਂ 'ਤੇ ਵੱਜੀਆਂ, ਮੇਰੇ ਛਾਤੀ 'ਤੇ ਉਹਨਾਂ ਨੇ ਹਾਕੀਆਂ ਮਾਰੀਆਂ। ਔਰ ਮੈਂ ਜਦੋਂ ਰੌਲਾ ਪਾਇਆ ਤੋਂ ਸੜਕ ਤੋਂ ਜਾਂਦੇ ਲੋਕ ਰੁਕ ਗਏ, ਉਹਨਾਂ ਨੂੰ ਦੇਖ ਕੇ ਉਹ ਮੋਟਰਸਾਈਕਲ ਭਜਾ ਕੇ ਲੈ ਗਏ ਜੀ। ਕਾਫੀ ਦੇਰ ਤੋਂ ਜਿਹੜਾ ਕੋਟਕਪੁਰਾ ਦੇ ਪੱਤਰਕਾਰਾਂ 'ਤੇ ਹਮਲੇ ਹੁੰਦੇ ਆ ਰਹੇ ਆ, ਕਿਤੇ ਕਿਸੇ 'ਤੇ ਹਮਲਾ, ਕਿਤੇ ਕਿਸੇ 'ਤੇ ਹਮਲਾ, ਕੋਈ ਨਾ ਕੋਈ ਵਾਰਦਾਤ ਸ਼ਹਿਰ ਦੇ ਵਿੱਚ ਵੀ ਜਿਹੜੀਆਂ ਵਾਰਦਾਤਾਂ ਬਹੁਤ ਜ਼ਿਆਦਾ ਵੱਧ ਗਈਆਂ ਗੀਆਂ। ਲੁੱਟਾਂ ਖਾਵਾਂ ਇੰਨੀਆਂ ਕੁ ਹੋ ਗਈਆਂ, ਮੂੰਹ ਬੰਨ ਕੇ ਹੀ ਅਣਪਛਾਤੇ ਬੰਦੇ ਆਉਂਦੇ ਆ, ਲੁੱਟ ਕੇ ਉਹ ਜਾਂਦੇ ਆ, ਕੁੱਟਮਾਰ ਕਰਕੇ ਉਹ ਚਲੇ ਜਾਂਦੇ ਆ। ਕਈਆਂ ਆਮ ਵਪਾਰੀਆਂ ਨੂੰ ਵੀ ਕੁੱਟਮਾਰ ਕਾਫੀ ਦਿਨਾਂ ਤੋਂ ਹੋ ਰਹੀ ਹੈ, ਪਰ ਕੋਈ ਹਾਲੇ ਤੱਕ ਕੋਈ ਕਿਸੇ 'ਤੇ ਕਾਰਵਾਈ ਨਹੀਂ, ਕੋਈ ਫੜਿਆ ਨਹੀਂ ਗਿਆ ਜੀ। ਇਸ ਘਟਨਾ ਤੋਂ ਬਾਅਦ ਪੱਤਰਕਾਰ ਭਾਈਚਾਰੇ ਵੱਲੋਂ ਰੋਸ ਜਤਾਇਆ ਜਾ ਰਿਹਾ। ਪ੍ਰੈਸ ਕਲੱਬ ਕੋਟਕਪੂਰਾ ਦੇ ਪ੍ਰਧਾਨ ਗੁਰਿੰਦਰ ਸਿੰਘ ਨੇ ਦੱਸਿਆ ਕਿ ਪੱਤਰਕਾਰ ਸਮਾਜ ਦੀਆਂ ਮੁਸ਼ਕਲਾਂ ਨੂੰ ਲੋਕਾਂ ਸਾਹਮਣੇ ਉਜਾਗਰ ਕਰਦੇ ਨੇ, ਪਰ ਅੱਜ ਉਹਨਾਂ ਨਾਲ ਹੀ ਅਜਿਹੀਆਂ ਘਟਨਾਵਾਂ ਹੋ ਰਹੀਆਂ ਨੇ। ਗੁਰਮਾਣਾ ਸਾਹਿਬ, ਇਹ ਪਹਿਲੇ ਦਿਨ ਦੀ ਘਟਨਾ ਨਹੀਂ, ਪਿਛਲੇ ਅਸੀਂ 2 ਮਹੀਨਿਆਂ ਤੋਂ ਦੇਖ ਰਹੇ ਹਾਂ। ਸ਼ਹਿਰ ਦੇ ਵਿੱਚ ਕਿਸੇ ਧੀ ਭੈਣ ਦੀ ਚੈਨੀ ਖਿੱਚ ਲਈ, ਕਿਸੇ ਦਾ ਮੋਬਾਈਲ ਖੋਲਿਆ, ਕਿਸੇ ਦਾ ਪਰਸ ਖੋਲਿਆ, ਕੋਈ ਦਿਨ ਨਹੀਂ ਜਾਂਦਾ ਜਿੱਦੇ ਕਿਸੇ ਘਰ ਦਾ ਜਿੰਦਰਾ ਨਾ ਟੁੱਟੇ ਜਾਂ ਕਿਸੇ ਦੁਕਾਨ ਦਾ ਸ਼ਟਰ ਨਾ ਟੁੱਟੇ। ਅੱਜ ਸਾਡੇ ਪੱਤਰਕਾਰ ਭਰਾਵਾਂ 'ਤੇ ਹਮਲਾ ਹੋਇਆ, ਜਾਨਲੇਵਾ ਹਮਲਾ ਹੋਇਆ। ਇਹ ਪੱਤਰਕਾਰਾਂ 'ਤੇ ਹਮਲਾ ਨਹੀਂ, ਇਹ ਲਿਖਣ ਦੀ ਅਤੇ ਬੋਲਣ ਦੀ ਆਜ਼ਾਦੀ 'ਤੇ ਹਮਲਾ। ਕੁਝ ਦਿਨ ਪਹਿਲਾਂ ਹੀਰਾ ਸਿੰਘ ਨਗਰ ਵਿਖੇ ਇੱਕ ਦੁਕਾਨਦਾਰ ਬੈਠਾ, ਦੁਕਾਨ ਦੇ ਵਿੱਚ ਬੈਠੇ ਦੁਕਾਨਦਾਰ ਦੇ ਕੰਨ 'ਤੇ ਮੋਬਾਈਲ ਲਾ ਕੇ ਲੁਟੇਰੇ ਰਿਵਾਲਵਰ ਲਾ ਕੇ 95,000 ਰੁਪਏ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦੇ ਰਹੇ ਨੇ। ਉਸ ਤੋਂ ਬਾਅਦ ਜੈਤੋ ਰੋਡ 'ਤੇ ਵੀ ਇੱਕ ਦੁਕਾਨਦਾਰ 'ਤੇ ਗੋਲੀ ਚਲਾਈ ਗਈ, ਉਹ ਗੋਲੀ ਉਹਦੇ ਕੋਲ ਦੀ ਲੰਘ ਗਈ, ਕੰਧ 'ਚ ਵੱਜੀ, ਉਹ ਬਚ ਗਿਆ, ਪਰ ਉਹਨੂੰ ਲੁੱਟ ਕੇ ਲੈ ਗਏ 22,000 ਰੁਪਇਆ ਸ਼ਰੇਆਮ ਦੁਕਾਨ ਤੋਂ। ਇੱਕ ਦੁਕਾਨ 'ਤੇ ਬੈਠਾ ਦੁਕਾਨਦਾਰ ਸੁਰੱਖਿਅਤ ਨਹੀਂ, ਘਰ ਦੇ ਵਿੱਚ ਬੈਠਾ ਘਰ ਦਾ ਮਾਲਕ ਸੁਰੱਖਿਅਤ ਨਹੀਂ। ਇਸ ਤਰ੍ਹਾਂ ਦੀਆਂ ਘਟਨਾਵਾਂ 2 ਵਾਪਰੀਆਂ ਨੇ। ਟੀਟੂ ਦੀ ਹੱਟੀ ਹੈ, ਸਾਡੇ ਇੱਥੇ ਮਸ਼ਹੂਰ ਰਾਸ਼ਟਰੀ ਰਾਜਮਾਰਗ ਨੰਬਰ 15 'ਤੇ ਸਥਿਤ ਹੈ। ਉੱਥੇ ਇੰਨੀ ਆਵਾਜਾਈ ਦੇ ਬਾਵਜੂਦ ਨਕਾਬਪੋਸ਼ ਲੁਟੇਰੇ ਕਾਰ 'ਚ ਆਉਂਦੇ ਨੇ, ਅਤੇ ਇਸੇ ਤਰ੍ਹਾਂ ਜਿਵੇਂ ਸਾਡੇ ਪੱਤਰਕਾਰ ਭਰਾਵਾਂ 'ਤੇ ਹਮਲਾ ਕੀਤਾ ਗਿਆ, ਉਹਨਾਂ 'ਤੇ ਜਾਨਲੇਵਾ ਹਮਲਾ ਹੁੰਦਾ। ਮੈਂ DSP ਬਲਕਾਰ ਸਿੰਘ ਸੰਧੂ ਨੂੰ ਅਤੇ ਉਸ ਵੇਲੇ SHO ਜਤਿੰਦਰ ਸਿੰਘ ਸੀ, ਮੈਂ ਉਹਨਾਂ ਨੂੰ ਕਿਹਾ ਵੀ ਪੁਲਿਸ ਕੁਛ ਕਰੇ, ਨਹੀਂ ਤਾਂ ਸਾਨੂੰ ਕੋਈ ਕਾਰਵਾਈ ਕਰਨੀ ਪਊਗੀ। ਉਸ ਤੋਂ ਬਾਅਦ ਇੱਕ ਪਿੰਕੀ ਅਤੇ ਪਾਲੀ 2 ਭਰਾ ਨੇ ਪਲਾਈਆਂ ਵਾਲੇ, ਉਹਨਾਂ 'ਚੋਂ ਜਿਹੜਾ ਪਾਲੀ ਆ ਉਹਦੇ 'ਤੇ ਵੀ ਇਸੇ ਤਰ੍ਹਾਂ ਜਾਨਲੇਵਾ ਹਮਲਾ ਹੋਇਆ। ਉਹ ਵੀ ਕਾਰ ਸਵਾਰ ਨਕਾਬਪੋਸ਼, ਉਹਨਾਂ ਨੇ ਇਸੇ ਤਰ੍ਹਾਂ ਬੇਸਬਾਲਾਂ ਨਾਲ ਉਹਦੇ 'ਤੇ ਹਮਲਾ ਕੀਤਾ। ਮੈਂ ਉਦੋਂ DSP ਅਤੇ SHO ਨੂੰ ਫਿਰ ਕਿਹਾ, ਮੈਂ ਕਿਹਾ ਜੇ ਪੱਤਰਕਾਰ ਕੱਲ੍ਹ ਨੂੰ ਲਿਖਦੇ ਨੇ, ਸਥਾਪਤੀ ਦੇ ਵਿਰੋਧ ਦੇ ਵਿੱਚ ਲਿਖਣਾ ਕਿਸੇ ਪੱਤਰਕਾਰ ਦਾ ਕੰਮ ਹੈ, ਫਿਰ ਪੱਤਰਕਾਰ ਕਿਵੇਂ ਸੁਰੱਖਿਅਤ ਹੋਣਗੇ? ਜੇਕਰ ਅੱਜ ਪੁਲਿਸ ਪ੍ਰਸ਼ਾਸਨ ਇਹਦੇ ਵਿਰੁੱਧ ਕੋਈ ਸਖ਼ਤ ਐਕਸ਼ਨ ਨਹੀਂ ਲੈਂਦਾ, ਅਸੀਂ ਪੱਤਰਕਾਰਾਂ ਨੇ 24 ਘੰਟਿਆਂ ਦਾ ਅਲਟੀਮੇਟਮ ਦਿੱਤਾ,
ਜੇ ਪੁਲਿਸ ਨੇ ਉਹਨਾਂ ਗੁੰਡਾ ਅਨਸਰਾਂ ਨੂੰ ਕਾਬੂ ਨਾ ਕੀਤਾ, ਜ਼ਿਲ੍ਹੇ ਭਰ ਦੇ ਪੱਤਰਕਾਰ ਕੋਟਕਪੂਰੇ ਥਾਣੇ ਦਾ ਘਿਰਾਓ ਕਰਨਗੇ। ਦੇਖੋ, ਸਾਡਾ ਕੰਮ ਹੈ ਰੌਲਾ ਪਾਉਣਾ, ਲੋਕਾਂ ਨੂੰ ਦੱਸਣਾ, ਪੁਲਿਸ ਦੀ ਨਲੈਕੀ ਬਾਰੇ ਅਸੀਂ ਦੱਸਾਂਗੇ। ਜੇਕਰ ਪੁਲਿਸ ਉਹਨਾਂ ਗੁੰਡਾ ਅਨਸਰਾਂ ਨੂੰ ਨਹੀਂ ਫੜਦੀ ਤਾਂ ਬਿਹਾਰ ਅਤੇ ਯੂਪੀ ਨਾਲੋਂ ਕੀ ਫਰਕ ਰਹਿ ਗਿਆ ਕੋਟਕਪੂਰੇ ਦਾ? ਅੱਜ ਕੋਟਕਪੂਰੇ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹ ਇੰਨੀ ਨਾਜ਼ੁਕ ਹੋ ਚੁੱਕੀ ਹੈ, ਕੋਈ ਸੁਰੱਖਿਅਤ ਨਹੀਂ। ਜੇਕਰ ਪੱਤਰਕਾਰ ਸੁਰੱਖਿਅਤ ਨਹੀਂ ਤਾਂ ਆਮ ਨਾਗਰਿਕ ਦੀ ਸੁਰੱਖਿਆ ਦਾ ਅਸੀਂ ਕਿਵੇਂ ਯਕੀਨ ਕਰ ਲਈਏ? ਇਸ ਮੌਕੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਸ਼ਹਿਰ 'ਚ ਅਪਰਾਧਿਕ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ ਅਤੇ ਪੁਲਿਸ ਪ੍ਰਸ਼ਾਸਨ ਲਗਾਤਾਰ ਤਮਾਸ਼ਾ ਵੇਖ ਰਿਹਾ। ਪਿਛਲੇ 2-3 ਮਹੀਨੇ ਤੋਂ ਵੈਸੇ ਤਾਂ ਪੰਜਾਬ ਦਾ ਇਹ ਹਾਲ ਹੈ, ਲੇਕਿਨ ਸਾਡਾ ਸ਼ਹਿਰ ਕੋਟਕਪੂਰਾ ਇਸ ਤਰ੍ਹਾਂ ਇੱਕ ਮਤਲਬ ਆਤੰਕ ਦਾ ਕੇਂਦਰ ਜਿਹਾ ਬਣ ਗਿਆ। 5 ਘਟਨਾਵਾਂ ਅਸੀਂ ਤੁਹਾਨੂੰ ਗਿਣਾ ਸਕਦੇ ਹਾਂ ਜਿਹੜੀਆਂ ਹੋ ਗਈਆਂ, ਔਰ ਉਹਨਾਂ ਦਾ ਕੋਈ ਹਜੇ ਤੱਕ ਸੁਰਾਗ ਨਹੀਂ ਲੱਭਿਆ। ਔਰ 2 ਤਾਂ ਸ਼ਰਿਆਂ ਮਤਲਬ ਇੱਥੇ ਤੁਸੀਂ ਕੰਨ ਪੱਟੀ 'ਤੇ ਗੰਨ ਲਾ ਕੇ 95,000 ਰੁਪਏ ਇੱਧਰੋਂ ਪਹਿਲਾਂ ਮੋਂਗਾ ਜੀ ਤੋਂ ਫਾਇਨਾਂਸ ਵਾਲੇ ਤੋਂ ਲੁੱਟਿਆ, ਔਰ 2 ਦਿਨ ਪਹਿਲਾਂ ਸ਼ਰਮਾ ਜੀ ਦੀ ਜਿਹੜੇ ਜੈਕੁਆਰ ਦਾ ਜਿਹੜਾ ਸ਼ੋਰੂਮ ਹੈ ਉੱਥੋਂ 22,000 ਉੱਥੇ ਫਾਇਰ ਵੀ ਕੀਤਾ, ਲੇਕਿਨ ਪੁਲਿਸ ਦੇ ਮਤਲਬ ਕੰਨ 'ਤੇ ਜੂੰ ਨਹੀਂ ਸਰਕ ਰਹੀ। ਇੱਕ ਪੁਲਿਸ ਦਾ ਡਰ ਚਾਹੀਦਾ, ਪੁਲਿਸ ਕੰਮ ਨਹੀਂ ਆਪਣਾ ਕਰ ਰਹੀ। ਅੱਜ ਹੁਣ ਜੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਖੁੱਲ੍ਹੇ ਆ ਮਤਲਬ ਇਸ ਤਰ੍ਹਾਂ ਇਹਨਾਂ 'ਤੇ ਹਮਲੇ ਹੋਣ ਲੱਗ ਪਏ ਤਾਂ ਫਿਰ ਇੱਥੇ ਕੌਣ ਰਿਪੋਰਟਿੰਗ ਕਰੂਗਾ? ਅਸੀਂ ਮਤਲਬ ਆਪਦੇ ਘਰਾਂ 'ਚ ਅਸੀਂ ਇਹਦਾ ਮਤਲਬ ਸੁਰੱਖਿਅਤ ਨਹੀਂ ਹਾਂ। ਸੋ ਇਹ ਬੜਾ ਸੀਰੀਅਸ ਇਸ਼ੂ ਹੈ। ਇਹਦੇ ਬਾਰੇ ਸਾਡੇ ਪੱਤਰਕਾਰ ਭਰਾਵਾਂ ਨੇ ਵੀ ਗੱਲ ਕੀਤੀ, ਔਰ ਮੈਂ ਵੀ ਕਹਿੰਦਾ ਵੀ ਕੱਲ੍ਹ ਸੁਬਹਾ 10 ਵਜੇ ਅਸੀਂ SSP ਫਰੀਦਕੋਟ ਦਾ ਦਫ਼ਤਰ ਘੇਰਾਂਗੇ ਜੇ ਇਹਦੇ ਬਾਰੇ ਕੋਈ ਕਾਰਵਾਈ ਨਹੀਂ ਹੁੰਦੀ। ਤਾਂ ਹੁਣ ਤੱਕ ਕਿਸੇ ਵੀ ਮਤਲਬ 5 ਇੰਸੀਡੈਂਟ ਦੇ ਵਿੱਚ ਇੱਕ ਇੰਸੀਡੈਂਟ ਦੇ ਵਿੱਚ ਵੀ ਤੁਸੀਂ ਕੁਛ ਨਹੀਂ ਕਰ ਸਕੇ? ਔਰ ਇੰਨੀ ਸਾਡੀ ਨਫ਼ਰੀ ਇੱਥੇ ਪੁਲਿਸ ਦੀ, ਇੰਨੇ ਅਫਸਰ ਹੈ, ਮਤਲਬ ਐਡਾ ਇੰਟੈਲੀਜੈਂਸ ਦਾ ਨੈਟਵਰਕ ਹੈ, ਸਾਰਾ ਕੁਛ ਇਹਨਾਂ ਨੂੰ ਪਤਾ ਹੁੰਦਾ ਹੋਇਆ। ਇਹ ਕੀ ਪੁਲਿਸ ਆਪ ਕਰਾ ਰਹੀ ਹੈ? ਜੇ ਨਹੀਂ ਫੜਦੇ ਤਾਂ ਮਤਲਬ ਇਹਨਾਂ ਦਾ ਇਹਦੇ ਵਿੱਚ ਹੱਥ ਹੈ, ਕਿਉਂਕਿ ਜਿਹੜਾ ਮੀਡੀਆ ਉਹ ਪੁਲਿਸ ਦੀ ਨਾਕਾਮੀ ਦੇ ਵਿਰੁੱਧ ਖਬਰਾਂ ਲਾਉਂਦਾ। ਸੋ ਇਹ ਚੀਜ਼ ਦੇਖਣ ਵਾਲੀ ਹੈ ਜੀ। ਦੇਖੋ ਜੀ, ਇਹ ਪੁਲਿਸ ਦੀ ਜਿਹੜੀ ਪ੍ਰੋਫੈਸ਼ਨਲ ਅਪਰੋਚ ਨਹੀਂ ਰਹੀ, ਇਹ ਤਾਂ ਸਿਰਫ ਅਤੇ ਸਿਰਫ ਅਫਸਰਾਂ ਦੇ ਘਰਾਂ 'ਤੇ ਅਤੇ ਲੀਡਰਾਂ ਦੇ ਘਰਾਂ 'ਤੇ ਮਤਲਬ ਉਹਨਾਂ ਦੀ ਸਿਕਿਉਰਿਟੀ ਵਾਸਤੇ ਹੋ ਗਏ। ਆਮ ਬੰਦੇ 'ਤੇ ਸਿਕਿਉਰਿਟੀ ਕੋਈ ਨਹੀਂ ਇੱਥੇ। ਪੰਜਾਬ 'ਚ ਅਮਨ ਕਾਨੂੰਨ ਦੀ ਵਿਗੜੀ ਵਿਵਸਥਾ ਸਭ ਦੇ ਸਾਹਮਣੇ ਉਜਾਗਰ ਹੈ। ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਨੇ ਕਿ ਅਪਰਾਧ ਉਜਾਗਰ ਕਰਨ ਵਾਲਿਆਂ ਦੀ ਪਲਾਂ 'ਚ ਜਾਨ ਲੈ ਸਕਦੇ ਨੇ। ਅਜਿਹਾ ਹੀ ਇਹਨਾਂ ਅਪਰਾਧ ਉਜਾਗਰ ਕਰਨ ਵਾਲੇ ਪੱਤਰਕਾਰਾਂ ਨਾਲ ਹੋਇਆ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਦੇ ਹੱਥ ਅਜਿਹੇ ਮਾਮਲਿਆਂ 'ਚ ਖਾਲੀ ਕਿਉਂ ਰਹਿੰਦੇ ਨੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।